farmers are living here, they have to commute through this boat across the river, Satluj River, for their farming purpose. They are demanding construction of a bridge here, but government is paying no heed to their request from past many years. ਕਿਸ਼ਤੀ ਟੁੱਟੀ ਡੁੱਬ ਵੀ ਸਕਦੀ, ਸਾਡਾ ਨੁਕਸਾਨ ਵੀ ਹੋ ਸਕਦਾ, ਇਸੇ 'ਤੇ ਸਾਨੂੰ ਖੇਤੀ ਕਰਨੀ ਆਉਣਾ ਪੈਂਦਾ ਇੱਧਰ, ਇਸੇ 'ਤੇ ਸਾਨੂੰ ਵਾਪਸੀ ਜਾਣਾ ਪੈਂਦਾ, ਸਾਡਾ ਕਿਸੇ ਟਾਈਮ ਇਹ ਨੁਕਸਾਨ ਵੀ ਹੋ ਸਕਦਾ। ਆ ਨਾਲ ਹੀ ਸਾਡੇ ਪਾਕਿਸਤਾਨ ਇਹ ਪਿਛਲੇ ਪਾਸੇ ਆ 2 ਕਿਲੋਮੀਟਰ 'ਤੇ ਜੀ, ਅਤੇ ਇੱਥੇ ਸਰਕਾਰਾਂ ਵਾਅਦੇ ਬਹੁਤ ਕਰਦੀਆਂ ਹਨ ਕਿ ਬਾਰਡਰ ਵਾਸਤੇ, ਬਾਰਡਰ ਏਰੀਏ ਵਾਸਤੇ ਪੈਸਾ ਬਹੁਤ ਆਉਂਦਾ ਹੈ ਦੱਸਦੇ ਨੇ, ਪਰ ਸਾਨੂੰ ਨਹੀਂ ਪਤਾ, ਸਾਡੇ ਏਰੀਏ ਵਿੱਚ ਤਾਂ ਕੋਈ ਪੈਸਾ ਨਹੀਂ ਆਉਂਦਾ ਜੀ।